ਹਾਈ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮਸ YouTube ਚੈਨਲ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ETT ਰਿਕਰੂਟਮੈਂਟ ਬਾਰੇ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਉਹਦਾ ਰਿਜ਼ਲਟ ਜੋ ਹੈ ਆ ਚੁੱਕਿਆ ਤੇ ਡਾਕੂਮੈਂਟਸ ਦੀ ਸਕਰੂਟਨੀ ਜੋ ਹੈ ਉਹ ਜਲਦ ਹੀ ਹੋਣ ਜਾ ਰਹੀ ਹੈ ਕਿਉਂਕਿ ਟ੍ਰੇਨਿੰਗ ਜੋ ਹੈ ਸਟਾਫ ਦੀ ਸਕਰੂਟਨੀ ਸਟਾਫ ਦੀ ਉਹ ਆਲਰੇਡੀ ਸਟਾਰਟ ਕਰ ਦਿੱਤੀ ਗਈ ਹੈ ਠੀਕ ਹੈ ਜੀ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਕਿਹੜੇ-ਕਿਹੜੇ ਡਾਕੂਮੈਂਟਸ ਜੋ ਨੇ ਤੁਹਾਡੇ ਕੋਲ ਰੈਡੀ ਹੋਣੇ ਚਾਹੀਦੇ ਨੇ ਤੇ ਅਗਰ ਤੁਹਾਡੇ ਕੋਲ ਹਲੇ ਨਹੀਂ ਵੀ ਹੈਗੇ ਕੋਈ ਇੱਕ ਅੱਧਾ ਡਾਕੂਮੈਂਟ ਤੁਹਾਡੇ ਕੋਲ ਮਿਸਿੰਗ ਹੈ ਥੈਨ ਤੁਸੀਂ ਇਸ ਟਾਈਮ ਦੇ ਦੌਰਾਨ ਉਹਨੂੰ ਬਣਵਾ ਲਵੋ ਆਪਣਾ ਠੀਕ ਹੈ ਜੀ ਸੋ ਇਸ ਵੀਡੀਓ ਦੇ ਵਿੱਚ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਦੱਸੂਗੀ ਕਿ ਕਿਹੜੇ ਸਰਟੀਫਿਕੇਟ ਦੀ ਕਿੰਨੀ ਵੈਲਿਡਿਟੀ ਹੁੰਦੀ ਹੈ ਤੇ ਕਿਹੜਾ ਸਰਟੀਫਿਕੇਟ ਕਿਹੜੇ ਕੈਂਡੀਡੇਟਸ ਨੂੰ ਚਾਹੀਦਾ ਹੁੰਦਾ ਹੈ ਜਨਰਲ ਵਾਲਿਆਂ ਨੂੰ ਕਿਹੜੇ ਸਰਟੀਫਿਕੇਟ ਚਾਹੀਦੇ ਨੇ ਤੇ ਜਿਹੜੇ ਰਿਜ਼ਰਵਡ ਕੈਟੇਗਰੀਜ਼ ਵਾਲੇ ਨੇ ਉਹਨਾਂ ਨੂੰ ਕਿਹੜੇ ਸਰਟੀਫਿਕੇਟ ਚਾਹੀਦੇ ਨੇ ਠੀਕ ਹੈ ਜੀ ਤੇ ਉਹਦੇ ਨਾਲ ਨਾਲ ਵੈਲਿਡਿਟੀ ਦੀ ਵੀ ਗੱਲ ਕਰਾਂਗੇ ਠੀਕ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਮੈਰਿਟ ਲਿਸਟ ਜੋ ਹੈ ਉਹਦੀ ਜਲਦ ਹੀ ਆਉਣ ਵਾਲੀ ਹੈ ਈਟੀਟੀ ਰਿਕਰੂਟਮੈਂਟ ਦੀ ਜਿਵੇਂ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਰਿਵਾਈਜ਼ਡ ਆਨਸਰ ਕੀਜ਼ ਜੋ ਨੇ ਆਲਰੇਡੀ ਅਪਲੋਡ ਕਰ ਦਿੱਤੀਆਂ ਸੀ ਨਾਲ ਹੀ ਤੇ ਨਾਲ ਹੀ ਰਿਜ਼ਲਟ ਵੀ ਦੇ ਦਿੱਤਾ ਗਿਆ ਸੀ ਸੋ ਹੁਣ ਮੈਰਿਟ ਲਿਸਟ ਜੋ ਹੈ ਜਿਉ ਬਾਕੀ ਸਾਰੀਆਂ ਚੀਜ਼ਾਂ ਕਨਸਿਡਰ ਕਰਨ ਤੋਂ ਬਾਅਦ ਲਾਈਕ ਕੈਂਡੀਡੇਟਸ ਦੀ ਕੁਆਲੀਫਿਕੇਸ਼ਨ ਤੇ ਐਕਸਪੀਰੀਅੰਸ ਵਗੈਰਾ ਕਨਸੀਡਰ ਕਰਨ ਤੋਂ ਬਾਅਦ ਜੋ ਹੈ ਬਣਾਈ ਜਾਏਗੀ ਤੇ ਜਲਦ ਹੀ ਉਹ ਵੀ ਆ ਸਕਦੀ ਹੈ ਠੀਕ ਹੈ ਜੀ ਤੇ ਚਾਂਸਸ ਇਹ ਹੀ ਨੇ ਕਿ ਦਸੰਬਰ ਦੇ ਐਂਡ ਤੱਕ ਰਿਕਰੂਟਮੈਂਟ ਪੂਰੀ ਹੋ ਸਕਦੀ ਹੈ ਸੋ ਆਪਣੇ ਡਾਕੂਮੈਂਟਸ ਤੁਸੀਂ ਸਾਰੇ ਰੈਡੀ ਕਰਕੇ ਰੱਖੋ ਤੇ ਇਹਦੇ ਵਿੱਚ ਮੈਂ ਸਾਰਾ ਤੁਹਾਨੂੰ ਦੱਸੂਗੀ ਹੁਣ ਸੀਰੀਅਲ ਆਰਡਰ ਦੇ ਵਿੱਚ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਤਰੀਕਾ ਦੱਸ ਦਿੰਨੀ ਹਾਂ ਕਿ ਤੁਸੀਂ ਆਪਣੇ ਡਾਕੂਮੈਂਟਸ ਨੂੰ ਕਿੱਦਾਂ ਰੈਡੀ ਕਰਨਾ ਹੁੰਦਾ ਹੈ ਤੇ ਕੀ ਕੀ ਐਕਚੁਅਲ ਦੇ ਵਿੱਚ ਉੱਥੇ ਚਾਹੀਦਾ ਹੁੰਦਾ ਸਕਰੂਟੀ ਵਾਲੇ ਦਿਨ ਇਹ ਜਸਟ ਇਹ ਵੀ ਲਈ ਜਿਹੜੀ ਫਾਈਲ ਹੈ ਇਹ ਰੈਫਰੈਂਸ ਲਈ ਮੈਂ ਤੁਹਾਨੂੰ ਪੀਡੀਐਫ ਸ਼ੋ ਕਰ ਰਹੀ ਹਾਂ ਤਾਂ ਸਭ ਤੋਂ ਪਹਿਲਾਂ ਜੀ ਬਿਨੇਕਾਰ ਦੇ ਕੋਲ ਜੋ ਨੇ ਅਸਲ ਸਰਟੀਫਿਕੇਟਸ ਹੋਣੇ ਚਾਹੀਦੇ ਨੇ ਸਾਰੇ ਠੀਕ ਹੈ ਜੀ ਤੇ ਉਹਨਾਂ ਦੀਆਂ ਜਿਹੜੀਆਂ ਫੋਟੋ ਕਾਪੀਜ਼ ਨੇ ਉਹ ਸਾਰੀਆਂ 셀ਫ ਅਟੈਸਟਡ ਹੋਣੀਆਂ ਚਾਹੀਦੀਆਂ ਨੇ 셀ਫ ਅਟੈਸਟਡ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਫੋਟੋ ਕਾਪੀ ਦੇ ਉੱਤੇ ਤੁਹਾਡੇ ਸਾਈਨ ਕੀਤੇ ਹੋਣ ਪੈਨ ਦੇ ਨਾਲ ਤੇ ਉਹਦੇ ਉੱਪਰ 셀ਫ ਅਟੈਸਟਡ ਲਿਖਿਆ ਹੋਵੇ ਠੀਕ ਹੈ ਜੀ ਤਾਂ ਉਹਨਾਂ ਸਾਰੀਆਂ ਦਾ ਹੀ ਇੱਕ ਸੈੱਟ ਚਾਹੀਦਾ ਹੁੰਦਾ ਹੈ ਉਸ ਤੋਂ ਇਲਾਵਾ ਪਾਸਪੋਰਟ ਸਾਈਜ਼ ਦੀਆਂ ਚਾਰ ਫੋਟੋਜ਼ ਚਾਹੀਦੀਆਂ ਹੁੰਦੀਆਂ ਨੇ ਤੇ ਜਮਾ ਕਰਵਾਈ ਫੀਸ ਦਾ ਸਬੂਤ ਇਹ ਮੈਂ ਦੇਖਿਆ ਵੀ ਸੇ ਕਈ ਜਣੇ ਮਤਲਬ ਨਹੀਂ ਦੱਸ ਰਹੇ ਇਹ ਤੇ ਇਹ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਤੁਹਾਡੇ ਜੋ ਤੁਹਾਡਾ ਤੁਸੀਂ ਉਸ ਟਾਈਮ ਤੇ ਚਲਾਨ ਭਰਿਆ ਸੀ ਤੇ ਉਹਦੀ ਤੁਹਾਡੀ ਰਸੀਪਟ ਹੈ ਜਾਂ ਚਲਾਨ ਹੈ ਜੋ ਵੀ ਤਾਂ ਉਹ ਤੁਹਾਡੇ ਕੋਲ ਹੁਣ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹੀ ਤੁਹਾਡੀ ਫੀਸ ਦਾ ਜਿਹੜਾ ਪ੍ਰੂਫ ਹੈ ਹੁੰਦਾ ਤੁਹਾਡੇ ਕੋਲ ਤੇ ਉਸ ਤੋਂ ਇਲਾਵਾ ਜੀ ਇਹ ਥੋੜੇ ਦਿਨਾਂ ਤੱਕ ਸਕਰੂਟੀ ਫਾਰਮ ਜੋ ਹੈ ਅਪਲੋਡ ਕਰ ਦੇਣਗੇ ਤਾਂ ਕੰਪਿਊਟਰ ਦੇ ਵਿੱਚੋਂ ਉਹ ਡਾਊਨਲੋਡ ਕੀਤਾ ਹੋਇਆ ਤੇ ਉਹਦੀਆਂ ਦੋ ਕਾਪੀਆਂ ਜੋ ਨੇ ਉਹ ਫਾਈਲ ਵਿੱਚ ਕਵਰ ਕਰਕੇ ਟੈਗ ਕਰਕੇ ਸਾਰੇ ਅਸਲ ਸਰਟੀਫਿਕੇਟ ਤੇ ਤਸਦੀਕੀ ਫੋਟੋਕਾਪੀਆਂ ਹੇਠ ਅਨੁਸਾਰ ਮਤਲਬ ਲਾਉਣੇ ਹੁੰਦੇ ਨੇ ਵੱਖਰੀਆਂ ਫਾਈਲਾਂ ਦੇ ਵਿੱਚ ਠੀਕ ਹੈ ਜੀ ਮਤਲਬ ਆਪਾਂ ਨੂੰ ਚਾਹੀਦਾ ਕੀ ਹੁੰਦਾ ਇੱਕ ਤਾਂ ਆਪਣੇ ਸਾਰੇ ਜਿਹੜੇ origignal documents ਨੇ ਤੇ ਪਾਸਪੋਰਟ ਸਾਈਜ਼ ਇਹ ਤੁਹਾਡੀਆਂ ਚਾਰ ਫੋਟੋਆਂ ਹੋਣੀਆਂ ਚਾਹੀਦੀਆਂ ਨੇ ਤੇ ਆਪਣੀ ਫੀਸ ਦਾ ਜਿਹੜਾ ਪ੍ਰੂਫ ਹੈ ਤੁਹਾਡੇ ਕੋਲ ਚਲਾਨ ਉਹ ਹੋਣਾ ਹੀ ਚਾਹੀਦਾ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਲਗਾਉਣੀਆਂ ਕਿੱਦਾਂ ਹੁੰਦੀਆਂ ਨੇ ਮਤਲਬ ਐਕਚੁਅਲ ਦੇ ਵਿੱਚ ਇਹਦਾ ਦੱਸਣ ਦਾ ਪਰਪਸ ਇਹੀ ਹੈ ਕਿ ਤੁਹਾਡੇ ਕੋਲ ਹੋਣਾ ਕੀ ਕੀ ਚਾਹੀਦਾ ਹੈ ਸਕਰੂਟੀਨੀ ਦੇ ਟਾਈਮ ਤੇ ਤਾਂ ਜੀ ਸਕਰੂਟੀਨੀ ਫਾਰਮ ਦੀਆਂ ਦੋ ਕਾਪੀਆਂ ਇਹ ਬਾਅਦ ਦੇ ਵਿੱਚ ਤੁਹਾਨੂੰ ਮਿਲ ਜੂਗਾ ਉਸ ਤੋਂ ਬਾਅਦ ਜੀ ਜਨਮ ਮਿਤੀ ਸੰਬੰਧੀ 10ਵੀਂ ਦਾ ਸਰਟੀਫਿਕੇਟ ਕਿਉਂਕਿ ਆਪਣੇ ਇੱਥੇ ਬਰਥ ਸਰਟੀਫਿਕੇਟ ਨਹੀਂ ਉਹਨਾਂ ਵੈਲਿਡ ਮੰਨਿਆ ਜਾਂਦਾ 10ਥ ਵਾਲੇ ਸਰਟੀਫਿਕੇਟ ਨੂੰ ਮੈਟ੍ਰਿਕ ਦੇ ਸਰਟੀਫਿਕੇਟ ਨੂੰ ਮੰਨਦੇ ਨੇ ਸੋ ਉਹ ਹੋਣਾ ਚਾਹੀਦਾ ਉਸ ਤੋਂ ਬਾਅਦ ਜੀ ਤੁਹਾਡੇ ਕੋਲ ਪੰਜਾਬੀ ਪਾਸ ਦਾ ਸਬੂਤ ਹੋਣਾ ਚਾਹੀਦਾ ਹੈ ਅਗਰ ਤਾਂ ਤੁਸੀਂ ਪੰਜਾਬ ਤੋਂ ਹੀ ਹੋ ਥੈਂ ਤੁਹਾਡਾ 10ਥ ਵਾਲਾ ਸਰਟੀਫਿਕੇਟ ਚੱਲ ਜਾਂਦਾ ਤੇ ਅਗਰ ਤੁਸੀਂ ਦੂਜੀਆਂ ਸਟੇਟਸ ਤੋਂ ਹੋ ਜਾਂ ਫਿਰ ਤੁਸੀਂ ਕਿਸੇ ਦੂਸਰੇ ਬੋਰਡ ਤੋਂ ਹੋ ਥੈਂ ਤੁਹਾਡਾ ਐਡੀਸ਼ਨਲ ਐਗਜ਼ਾਮ ਵਾਲਾ ਜਿਹੜਾ ਸਰਟੀਫਿਕੇਟ ਹੋਊਗਾ ਉਹ ਚੱਲੂਗਾ ਠੀਕ ਹੈ ਜੀ ਮਤਲਬ ਜਸਟ ਪ੍ਰੂਫ ਚਾਹੀਦਾ ਕਿ ਤੁਸੀਂ 10th ਦੇ ਵਿੱਚ ਪੰਜਾਬੀ ਪਾਸ ਕੀਤੀ ਹੋਈ ਹੈ ਉਸ ਤੋਂ ਬਾਅਦ ਪਲੱਸ 2 ਦੀ ਡੀਐਮਸੀ ਵੀ ਚਾਹੀਦੀ ਹੈ ਤੇ ਸਰਟੀਫਿਕੇਟ ਵੀ ਚਾਹੀਦਾ ਉਸ ਤੋਂ ਬਾਅਦ ਜੀ ਈਟੀਟੀ ਡਿਪਲੋਮੇ ਦੀ ਡੀਐਮਸੀ ਤੇ ਸਰਟੀਫਿਕੇਟ ਯਾਨੀ ਕਿ ਆਪਣਾ ਈਟੀਟੀ ਡਿਪਲੋਮੇ ਦਾ ਜਿਹੜੇ ਤੁਹਾਡੀ ਡਿਟੇਲ ਮਾਰਕ ਸ਼ੀਟਸ ਆਉਂਦੀਆਂ ਨੇ ਉਹ ਵੀ ਚਾਹੀਦੀਆਂ ਨੇ ਤੇ ਤੁਹਾਡਾ ਡਿਗਰੀ ਦੇ ਰੂਪ ਵਿੱਚ ਜਿਹੜਾ ਸਰਟੀਫਿਕੇਟ ਆਉਂਦਾ ਉਹ ਵੀ ਚਾਹੀਦਾ ਹੁੰਦਾ ਉਸ ਤੋਂ ਬਾਅਦ ਜੀ ਕੈਟਾਗਰੀ ਸੰਬੰਧੀ ਸਰਟੀਫਿਕੇਟ ਚਾਹੀਦਾ ਤੇ ਪੰਜਾਬ ਦੇ ਵਸਨੀਕ ਹੋਣ ਦਾ ਸਬੂਤ ਇਹ ਥੋੜਾ ਜਿਹਾ ਧਿਆਨ ਨਾਲ ਦੇਖ ਲਿਓ ਪੰਜਾਬ ਦੇ ਵਸਨੀਕ ਹੋਣ ਦਾ ਸਬੂਤ ਦਾ ਮਤਲਬ ਹੈ ਤੁਹਾਡਾ ਇੱਥੇ ਰੈਜ਼ੀਡੈਂਸ ਸਰਟੀਫਿਕੇਟ ਠੀਕ ਹੈ ਜੀ ਜਿਹਨੂੰ ਆਪਾਂ ਡੋਮੈਸਾਈਲ ਸਰਟੀਫਿਕੇਟ ਵੀ ਕਹਿੰਦੇ ਆ ਤੇ ਉਸ ਦੇ ਨਾਲ ਨਾਲ ਕੈਟਾਗਰੀ ਸੰਬੰਧੀ ਸਰਟੀਫਿਕੇਟ ਅਗਰ ਤੁਸੀਂ ਰਿਜ਼ਰਵਡ ਕੈਟਾਗਰੀ ਦੇ ਵਿੱਚ ਆਉਨੇ ਹੋ ਦੈਨ ਤੁਹਾਨੂੰ ਪੰਜਾਬ ਦੇ ਵਸਨੀਕ ਹੋਣ ਦਾ ਸਬੂਤ ਦਾ ਹੈ ਉਹ ਸ਼ੋ ਕਰਨਾ ਪੈਂਦਾ ਹੁੰਦਾ ਹੈ ਤੇ ਇਹ ਦੇਖ ਲਓ ਕਿ ਇਹਨਾਂ ਨੇ ਦੱਸਿਆ ਵੀ ਹੋਇਆ ਉਹ ਉਮੀਦਵਾਰ ਜਿਨ੍ਹਾਂ ਨੇ ਕਿਸੇ ਰਿਜ਼ਰਵ ਕੈਟਾਗਰੀ ਵਿੱਚ ਅਪਲਾਈ ਕੀਤਾ ਹੈ ਕਿਉਂਕਿ ਜਨਰਲ ਬਈਆਂ ਨੂੰ ਕਦੀ ਵੀ ਲੋੜ ਨਹੀਂ ਪੈਂਦੀ ਡੋਮੈਸਾਈਲ ਸਰਟੀਫਿਕੇਟ ਦੀ बिकॉज़ ਆਪਾਂ ਕਿਸੇ ਵੀ ਰਿਜ਼ਰਵੇਸ਼ਨ ਦਾ ਲਾਭ ਨਹੀਂ ਲੈਣਾ ਹੁੰਦਾ ਸੋ ਸਾਨੂੰ ਉੱਥੇ ਸ਼ੋ ਨਹੀਂ ਕਰਨਾ ਪੈਂਦਾ ਕਿ ਅਸੀਂ ਪੰਜਾਬ ਦੇ ਪੱਕੇ ਵਸਨੀਕ ਆ ਠੀਕ ਹੈ ਜੀ ਇਹ ਸਿਰਫ ਉਹਨਾਂ ਵਾਸਤੇ ਹੁੰਦਾ ਹੈ ਜਿਨ੍ਹਾਂ ਨੇ ਕਿਸੇ ਰਿਜ਼ਰਵਡ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਹੁੰਦਾ ਹੈ ਤੇ ਮੈਂ ਬਹੁਤ ਜੁਣਾ ਨੂੰ ਮਤਲਬ ਦੇਖਿਆ ਵੀ ਕਿ 10 ਰੇ ਸੀ ਕਿ ਸਾਰਿਆਂ ਕੋਲ ਹੀ ਹੋਣਾ ਚਾਹੀਦਾ ਡੋਮਿਸਾਈਲ ਨਹੀਂ ਸਾਰਿਆਂ ਲਈ ਜ਼ਰੂਰੀ ਨਹੀਂ ਹੁੰਦਾ ਸਿਰਫ ਰਿਜ਼ਰਵਡ ਕੈਟਾਗਰੀ ਨੂੰ ਡੋਮਿਸਾਈਲ ਸ਼ੋ ਕਰਨਾ ਪੈਂਦਾ ਕਿਉਂਕਿ ਉਹਨਾਂ ਨੇ ਉਸ ਚੀਜ਼ ਦਾ ਉਸ ਕੈਟਾਗਰੀ ਦਾ ਲਾਭ ਲੈਣਾ ਹੁੰਦਾ ਹੈ ਜਨਰਲ ਕੈਟਾਗਰੀ ਵਾਲਿਆਂ ਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਤਾਂ ਇਸ ਕਰਕੇ ਉਹਨਾਂ ਦੇ ਲਈ ਰਿ ਦੈਨਸ ਸਰਟੀਫਿਕੇਟਾ ਜਿਹੜਾ ਉਹ ਜ਼ਰੂਰੀ ਨਹੀਂ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਮੈਂਸ਼ਨ ਵੀ ਕੀਤਾ ਹੋਇਆ ਹੈ ਬਾਕੀ ਜੇ ਤੁਹਾਡੇ ਕੋਲ ਹੈਗਾ ਇਟਸ ਵਿਲ ਬੀ ਗੁਡ ਤੇ ਅਗਰ ਤੁਸੀਂ ਬਣਵਾਉਣਾ ਚਾਹੁੰਦੇ ਆ ਦੈਨ ਇਹ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਬਣ ਜਾਂਦਾ ਤੇ ਤੁਸੀਂ ਬਣਵਾ ਵੀ ਸਕਦੇ ਹੋ ਠੀਕ ਹੈ ਜੇ ਅਗਰ ਤੁਹਾਨੂੰ ਡਾਊਟ ਹੈ ਵੈਸੇ ਇਹਦੇ ਤੋਂ ਬਿਨਾ ਵੀ ਤੁਹਾਨੂੰ ਮਤਲਬ ਕੋਈ ਪ੍ਰੋਬਲਮ ਨਹੀਂ ਆਊਗੀ ਕੁੱਸ ਤੋਂ ਬਾਅਦ ਹੈ ਜੀ ਆਮਦਨ ਸੰਬੰਧੀ ਸਵੈ ਘੋਸ਼ਣਾ ਪੱਤਰ ਇਹ ਹੁਣ ਉਹਨਾਂ ਵਾਸਤੇ ਹੁੰਦਾ ਹੈ ਜਿਨ੍ਹਾਂ ਨੇ ਪਛੜੀ ਸ਼੍ਰੇਣੀ ਦੀ ਕੈਟਾਗਰੀ ਵਿੱਚ ਅਪਲਾਈ ਕੀਤਾ ਹੋਵੇ ਜਾਂ ਫਿਰ EWS ਦੇ ਵਿੱਚ ਅਪਲਾਈ ਕੀਤਾ ਹੋਵੇ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਵਿੱਚ ਕਿਉਂਕਿ ਉਹਨਾਂ ਨੂੰ ਆਪਣੀ ਆਮਦਨ ਦੇ ਸੰਬੰਧੀ ਜੋ ਹੈ ਇੱਕ ਸਵੈ ਘੋਸ਼ਣਾ ਪੱਤਰ ਜੋ ਹੈ ਉਹ ਲੈਣਾ ਪੈਂਦਾ ਹੈ ਤੇ ਇੱਥੇ ਦੇਖੋ ਦੱਸਿਆ ਵੀ ਹੋਇਆ ਕਿ ਜਿਹੜੇ ਉਮੀਦਵਾਰਾਂ ਨੇ ਪਛੜੀ ਸ਼੍ਰੇਣੀ ਦੀ ਕੈਟਾਗਰੀ ਵਿੱਚ ਅਪਲਾਈ ਕੀਤਾ ਹੈ ਉਹਨਾਂ ਨੂੰ ਆਮਦਨ ਸੰਬੰਧੀ ਸਰਟੀਫਿਕੇਟ ਜੋ ਹੈ ਚਾਹੀਦਾ ਹੈ ਹੁਣ ਮੈਂ ਤੁਹਾਨੂੰ ਦੋਨੋਂ ਜਿਹੜੇ ਕੈਟਾਗਰੀ ਸੌਰੀ ਰੈਜ਼ੀਡੈਂਸ ਸਰਟੀਫਿਕੇਟ ਤੇ ਆਮਦਨ ਸੰਬੰਧੀ ਸਰਟੀਫਿਕੇਟ ਹੈ ਮੈਂ ਦੋਨਾਂ ਦਾ ਤੁਹਾਨੂੰ ਇੱਕ ਇੱਕ ਸੈਂਪਲ ਵੀ ਦਿਖਾ ਦਿੰਨੀ ਆ ਕਿ ਕਿੱਦਾਂ ਦੇ ਹੁੰਦੇ ਨੇ ਫਾਰ ਐਗਜ਼ਾਮਪਲ ਅਗਰ ਤੁਸੀਂ ਹਲੇ ਤੱਕ ਨਹੀਂ ਬਣਵਾਇਆ ਤਾਂ ਤੁਸੀਂ ਜਲਦੀ ਤੋਂ ਜਲਦੀ ਆਪਣਾ ਉਹ ਬਣਵਾ ਲਓ ਡੋਮਿਸਾਈਲ ਸਰਟੀਫਿਕੇਟ ਜੋ ਹੈ ਉਹਦੀ ਵੈਲਿਡਿਟੀ 5 ইয়ারਸ ਹੁੰਦੀ ਹੈ 5 ਸਾਲਾਂ ਤੋਂ ਬਾਅਦ ਆਪਾਂ ਨੂੰ ਇਹਨੂੰ ਰੀਨਿਊ ਕਰਾ ਬੰਦਾ ਠੀਕ ਹੈ ਜੀ ਸੋ ਇਹ ਬਹੁਤ इजीली ਬਣ ਜਾਂਦਾ ਹੈ ਸੁਵਿਧਾ ਕੇਂਦਰ ਤੋਂ ਜਾ ਕੇ ਬੜਵਾ ਸਕਦੇ ਹੋ ਤੇ ਮੈਂ ਤੁਹਾਨੂੰ ਉਹਦਾ ਸੈਂਪਲ ਦਿਖਾ ਦਿੰਦੀ ਹਾਂ ਕਿ ਕਿਵੇਂ ਬਣਦਾ ਇਹ ਤੇ ਜਿਹੜਾ ਆਮਦਨ ਸਬੰਧੀ ਸਵੈ ਕੋਸ਼ ਨਪਤਰੇ ਇਹ ਫਾਰਮ ਹੁੰਦਾ ਹੈ ਇੱਕ ਡਾਊਨਲੋਡ ਕਰਕੇ ਉਹਦੇ ਵਿੱਚ ਸਾਰੀਆਂ ਡਿਟੇਲਸ ਵਗੈਰਾ ਭਰ ਕੇ ਆਈ ਗੈਸ ਇਹ ਵੀ ਤਹਿਸੀਲਦਾਰ ਤੋਂ ਕਰਾਉਣਾ ਪੈਂਦਾ ਸੋ ਉਹ ਆਪ ਦੇਖ ਲਾਂਗੇ ਕਿ ਉਹਦੇ ਉੱਪਰ ਕਿੱਦੇ ਸਾਈਨ ਹੁੰਦੇ ਨੇ ਸੋ ਇਹ ਵੀ ਬਹੁਤ ਈਜ਼ੀ ਪ੍ਰੋਸੈਸ ਹੈ ਤੇ 8ਵੇਂ ਨੰਬਰ ਤੇ ਜੀ ਜਿਹੜੀ ਚੀਜ਼ ਜ਼ਰੂਰੀ ਹੈ ਉਹ ਹੈ ਤੁਹਾਡੀ ਫੀ ਦੀ ਰਸੀਪਟ ਠੀਕ ਹੈ ਜੀ ਉਹ ਤੁਹਾਡੇ ਕੋਲ ਹੁਣੀ ਲਾਜ਼ਮੀ ਹੈ ਜਿਵੇਂ ਕਈਆਂ ਨੇ ਗੁੰਮ ਕਰ ਲਿਆ ਨੇ ਰਸੀਪਟਸ ਤਾਂ ਜੀ ਨਹੀਂ ਇਹ ਜ਼ਰੂਰੀ ਹੁੰਦੀ ਹੈ ਠੀਕ ਹੈ ਹੁਣ ਹੋ ਸਕਦਾ ਹੈ ਕਿ ਤੁਹਾਨੂੰ ਉਹ ਥੋੜਾ ਬਹੁਤ ਮਤਲਬ ਰਿਲੈਕਸੇਸ਼ਨ ਦੇ ਦੇਣ ਅਦਰਵਾਈਜ਼ ਇਹਦੇ ਉੱਪਰ ਸਾਫ਼ ਮੈਂਸ਼ਨ ਕੀਤਾ ਹੋਇਆ ਹੈ ਕਿ ਫੀਲ ਸੀਟ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਦੋ ਤਿੰਨ ਗੱਲਾਂ ਹੋਰ ਨੇ ਜਿਹੜੀਆਂ ਧਿਆਨ ਵਿੱਚ ਰੱਖਣੀਆਂ ਜ਼ਰੂਰੀ ਨੇ ਸਕਰੂਟੀਨੀ ਦੇ ਰਿਗਾਰਡਿੰਗ ਤੇ ਤੁਹਾਡੇ ਸਰਟੀਫਿਕੇਟਸ ਦੇ ਰਿਗਾਰਡਿੰਗ ਅਗਰ ਤੁਸੀਂ ਆਪਣੇ ਡਾਕੂਮੈਂਟਸ ਦੀ ਸਕਰੂਟੀਨੀ ਦੇ ਵਿੱਚ ਮਤਲਬ ਹਾਜ਼ਰ ਹੁੰਦੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੀ ਸੀਟ ਚ ਹੋਏ ਕਨਫਰਮ ਹੋ ਗਈ ਹੈ ਪੋਸਟਿੰਗ ਜਾਂ ਅਪਾਇੰਟਮੈਂਟ ਕਨਫਰਮ ਹੋ ਗਈ ਹੈ ਤੇ ਉਸ ਤੋਂ ਬਾਅਦ ਜੀ ਤੁਹਾਡੇ ਡਾਕੂਮੈਂਟਸ ਦੀ ਸਕਰੂਟੀਨੀ ਸਮੇ ਸਾਰੇ origignal ਸਰਟੀਫਿਕੇਟਸ ਸਰਟੀਫਿਕੇਟ ਚੈੱਕ ਕੀਤੇ ਜਾਣਗੇ ਅਤੇ ਉਮੀਦਵਾਰ ਦੁਆਰਾ ਖੁਦ ਤਸਦੀਕੀ ਫੋਟੋਕਾਪੀਆਂ ਲਾਈਆਂ ਜਾਣਗੀਆਂ ਠੀਕ ਹੈ ਜੀ ਤੁਹਾਡੇ ਉਹ ਜਸਟ ਜਿਹੜੇ origignal ਸਰਟੀਫਿਕੇਟਸ ਨੇ ਉਹ ਚੈੱਕ ਕਰਨਗੇ ਤੇ ਜਿਹੜੀਆਂ ਉਹ ਡਿਪੋਜ਼ਿਟ ਤੁਸੀਂ ਕਰਾਉਣੀਆਂ ਹੁੰਦੀਆਂ ਸਬਮਿਟ ਕਰਨੀਆਂ ਹੁੰਦੀਆਂ ਨੇ ਉਹ ਤੁਹਾਡੀਆਂ ਫੋਟੋਕਾਪੀਜ਼ ਹੁੰਦੀਆਂ ਨੇ ਹੁਣ ਇਹਦੇ ਲਈ ਗਠਿਤ ਕਮੇਟੀਆਂ ਕੋਲੋਂ ਦਸਤਾਵੇਜ਼ ਚੈੱਕ ਕਰਾਉਣੇ ਜ਼ਰੂਰੀ ਹੁੰਦੇ ਨੇ ਦਸਤਾਵੇਜ਼ ਚੈੱਕ ਨਾ ਕਰਾਉਣ ਦੀ ਸੂਰਤ ਵਿੱਚ ਉਮੀਦਵਾਰ ਦੀ ਜਿਹੜੀ ਪਾਤਰਤਾ ਹੈ ਉਹ ਯੋਗ ਨਹੀਂ ਮੰਨੀ ਜਾਂਦੀ ਤੇ ਸਭ ਤੋਂ ਜ਼ਰੂਰੀ ਚੀਜ਼ ਹੈ ਜੀ ਕਿ ਸਪਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਵੀ ਉਮੀਦਵਾਰ ਦਾ ਕੋਈ ਵੀ ਦਸਤਾਵੇਜ਼ ਜੋ ਹੈ ਇਹ ਸਰਟੀਫਿਕੇਟ ਜੋ ਹੈ ਉਹ ਗਲਤ ਜਾਂ ਜਾਲੀ ਪਾਇਆ ਜਾਂਦਾ ਹੈ ਤਾਂ ਉਸ ਫਿਰ ਉਹ ਐਫ ਆਈ ਆਰ ਮੌਕੇ ਤੇ ਹੀ ਦਰਜ ਕਰਵਾਈ ਜਾਵੇਗੀ ਸੋ ਜੀ ਇਹ ਜੇ ਮਤਲਬ ਵੈਸੇ ਦਾ ਆਈ نو ਕਿ ਸਾਰਿਆਂ ਦੇ ਕੋਲ ਉਹਨਾਂ ਦੇ ਸਰਟੀਫਿਕੇਟਸ ਹੁੰਦੇ ਨੇ ਬਟ ਸਮ ਟਾਈਮਸ ਨਾ ਆਪਾਂ ਅੰਗੈਲੀ ਦੇ ਵਿੱਚ ਕੁਝ ਗਲਤੀਆਂ ਇਹੋ ਜਿਹੀਆਂ ਕਿਸੇ ਦੇ ਗੱਲਾਂ ਦੇ ਵਿੱਚ ਕਿਸੇ ਦੇ ਇਨਫਲੂਐਂਸ ਦੇ ਵਿੱਚ ਆ ਗਈਆਂ ਇਹੋ ਜਿਹੀਆਂ ਚੀਜ਼ਾਂ ਗਲਤੀਆਂ ਕਰ ਬੈਠਦੇ ਆ ਸੋ ਤੁਹਾਡਾ ਕੋਈ ਵੀ ਡਾਕੂਮੈਂਟ ਗਲਤ ਜਾਂ ਫਿਰ ਫੇਕ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਹਾਡੇ ਕੈਰੀਅਰ ਤੇ ਮਤਲਬ ਕੇ ਇੱਕ ਬ੍ਰੇਕ ਲੱਗ ਸਕਦੀ ਹੈ ਕਿਉਂਕਿ ਮੌਕੇ ਤੇ ਹੀ ਐਫ ਆਈ ਆਰ ਜੋ ਹੈ ਦਰਜ ਕੀਤੀ ਜਾਂਦੀ ਹੈ ਠੀਕ ਹੈ ਜੀ ਸੋ ਆਪਣੇ ਸਰਟੀਫਿਕੇਟਸ ਨੇ ਜਿਹੜੇ ਤੁਹਾਡੇ ਸਾਰੇ ਵੈਲਿਡ ਹੋਣੇ ਚਾਹੀਦੇ ਨੇ ਲਾਈਕ ਮੈਂ ਐਂਟੀਟੀ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਫੇਕ ਦੇ ਚੱਕਰ ਚ ਬਿਲਕੁਲ ਨਾ ਪਿਓ ਕਿਉਂਕਿ ਉਹਦੇ ਕਨਸੀਕਵੈਂਸਸ ਬਹੁਤ ਬੁਰੇ ਹੁੰਦੇ ਨੇ ਤੇ ਬਹੁਤ ਪ੍ਰੋਬਲਮਸ ਅੱਗੇ ਤੁਹਾਨੂੰ ਆ ਸਕਦੀਆਂ ਨੇ ਕੈਟਾਗਰੀ ਵਾਈਜ਼ ਸਰਟੀਫਿਕੇਟਸ ਦੀਆਂ ਜਿਹੜੀਆਂ ਡਿਟੇਲਸ ਨੇ ਉਹ ਵੀ ਦੇਖ ਲਓ ਇੱਕ ਵਾਰ ਸਾਬਕਾ ਸੈਨਿਕਾਂ ਦੇ ਜਿਹੜੇ ਆਸ਼ਰਿਤ ਹੁੰਦੇ ਨੇ ਉਹਨਾਂ ਨੂੰ ਲੋੜਿੰਦੀ ਨਿਰਧਾਰਿਤ ਫੀਸ ਦੀ ਅਦਾਇਗੀ ਕਰਨੀ ਪੈਂਦੀ ਹੈ ਤੇ ਇਸ ਅਸਾਮੀ ਲਈ ਲੀਨੀਅਲ ਡਿਸੈਂਡੈਂਟ ਦਾ ਇੱਕ ਸਰਟੀਫਿਕੇਟ ਹੁੰਦਾ ਐਲਡੀਸੀ ਦਾ ਤਾਂ ਜੀ ਉਹ ਤੁਸੀਂ ਸਕਰੂਟਨੀ ਦੇ ਸਮੇਂ ਜਮ੍ਹਾਂ ਕਰਾਉਣਾ ਹੁੰਦਾ ਹੈ ਠੀਕ ਹੈ ਜੀ ਸੋ ਹੋਏਗਾ ਹੀ ਵੈਸੇ ਸਭ ਕੁਲ ਤਾਂ ਉਹਨੂੰ ਐਲ ਡੀ ਸੀ ਦਾ ਸਰਟੀਫਿਕੇਟ ਕਹਿੰਦੇ ਨੇ ਤੇ ਜਿਹੜੇ ਪੰਜਾਬ ਦੇ ਵਸਨੀਕ ਨੇ ਵਿਕਲਾਂਗ ਉਮੀਦਵਾਰ ਨੇ ਤਾਂ ਉਹਨਾਂ ਦੇ ਲਈ ਹੁਣ ਦੇਖੋ ਸਰਟੀਫਿਕੇਟ ਜੋ ਹੈ ਉਹ ਕਿਵੇਂ ਚਾਹੀਦੇ ਹੁੰਦੇ ਨੇ ਮੈਂ ਕੈਟੇਗਰੀ ਵਾਈਜ਼ ਤੁਹਾਨੂੰ ਸਾਰੇ ਦੱਸ ਦਿੰਦੇ ਆ ਵੈਸੇ ਤਾਂ ਇਹ ਸਾਰਾ ਕੁਝ ਮੈਂਸ਼ਨ ਸੀਗਾ ਆਲਰੇਡੀ ਜਿਹੜੇ ਉਮੀਦਵਾਰ ਅਨੁਸੂਚੀ ਜਾਤੀ ਜਾਂ ਪਛੜੀ ਸ਼੍ਰੇਣੀ ਦੇ ਰਾਖਵਾ ਕਰਨ ਦਾ ਲਾਭ ਲੈਣਾ ਚਾਹੁੰਦੇ ਨੇ ਉਹਨਾਂ ਦਾ ਜਾਤੀ ਸਰਟੀਫਿਕੇਟ ਜੋ ਕਿ ਸੰਬੰਧਤ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਹੋਣ ਵਿੱਚ ਜਾਤੀ ਸਪਸ਼ਟ ਤੌਰ ਤੇ ਲਿਖੀ ਹੋਵੇ ਅਨੁਸੂਚੀ ਜਾਤੀ ਦੇ ਪਛੜੀ ਸ਼੍ਰੇਣੀ ਦੀ ਉਹ ਇਸਤਰੀ ਉਮੀਦਵਾਰ ਜਿਨ੍ਹਾਂ ਦੇ ਸਰਟੀਫਿਕੇਟ ਵਿਆਹ ਉਪਰੰਤ ਪਤੀ ਦੇ ਨਾਮ ਤੇ ਬਣੇ ਹਨ ਉਹਨਾਂ ਇਸਤਰੀ ਉਮੀਦਵਾਰਾਂ ਨੂੰ ਸਕਰੂਟੀ ਸਮੇਂ ਉਹ ਸਰਟੀਫਿਕੇਟ ਜਿਸ ਵਿੱਚ ਪਿਤਾ ਦਾ ਨਾਮ ਦਰਜ ਹੈ ਜਾਂ ਪਿਤਾ ਦਾ ਅਨੁਸੂਚੀ ਜਾਤੀ ਜਾਂ ਪਛੜੀ ਸ਼੍ਰੇਣੀ ਦਾ ਸਰਟੀਫਿਕੇਟ ਸਬੂਤ ਵਜੋਂ ਪੇਸ਼ ਕਰਨਾ ਹੋਵੇਗਾ ਸੋ ਇਹ ਜੀ ਬਹੁਤ ਧਿਆਨ ਦੇ ਵਿੱਚ ਰੱਖਿਓ ਖਾਸ ਕਰਕੇ ਫੀਮੇਲ ਕੈਂਡੀਡੇਟਸ ਜਿੰਨਾਂ ਦੀ ਮੈਰਿਜ ਹੋ ਚੁੱਕੀ ਹੈ ਜੇਕਰ ਉਹ ਇਹ ਸਰਟੀਫਿਕੇਟ ਪੇਸ਼ ਨਹੀਂ ਕਰਦੀ ਤਾਂ ਉਸ ਦੀ ਪਾਤਰਤਾ ਅਨੁਸੂਚੀ ਜਾਤੀ ਜਾਂ ਪਛੜੀ ਸ਼੍ਰੇਣੀ ਜਿਹੋ ਜਿਹਾਂ ਵੀ ਕੇਸ ਹੋਵੇ ਵਿੱਚ ਨਹੀਂ ਵਿਚਾਰੇ ਜਾਵੇਗੀ ਠੀਕ ਹੈ ਜੀ ਸੋ ਇਹ ਧਿਆਨ ਨਾਲ ਪੜ ਲਿਓ ਜਿੰਨੇ ਵੀ ਅਨੁਸੂਚੀ ਜਾਤੀ ਦੀਆਂ ਫੀਮੇਲਸ ਨੇ ਤੇ ਜਿੰਨਾਂ ਦੀ ਮੈਰਿਜ ਹੋ ਚੁੱਕੀ ਹੈ ਠੀਕ ਹੈ ਜੀ ਸੋ ਉਹਨਾਂ ਦਾ ਸਰਟੀਫਿਕੇਟ ਉਹ ਚੱਲਦਾ ਹੁੰਦਾ ਜਿਸ ਵਿੱਚ ਉਹਨਾਂ ਦੇ ਫਾਦਰ ਦਾ ਨਾਮ ਦਰਜ ਹੋਵੇ ਆਦਰਵਾਇਜ਼ ਉਹਨਾਂ ਦੀ ਜਿਹੜੀ ਕੈਂਡੀਡੇਚਰ ਹੈ ਉਹਨੂੰ ਰੱਦ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪਛੜੀ ਸ਼੍ਰੇਣੀ ਦਾ ਜਿਹੜਾ ਸਰਟੀਫਿਕੇਟ ਹੈ ਇਹ ਉਦੋਂ ਤੱਕ ਵੈਲਿਡ ਮੰਨਿਆ ਜਾਂਦਾ ਹੈ ਜਦੋਂ ਤੱਕ ਪ੍ਰਾਰਥੀ ਜਿਹੜਾ ਉਹ ਕ੍ਰੀਮੀ ਲੇਅਰ ਦੇ ਧਾਰੇ ਵਿੱਚ ਨਹੀਂ ਆ ਜਾਂਦਾ ਠੀਕ ਹੈ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕ੍ਰੀਮੀ ਲੇਅਰ ਤੇ ਨਾਨ ਕ੍ਰੀਮੀ ਲੇਅਰ ਦੀ ਇੱਕ ਕੈਟੇਗਰੀਜ਼ ਬਣੀਆਂ ਹੋਈਆਂ ਨੇ ਨਾਨ ਕ੍ਰੀਮੀ ਲੇਅਰ ਹੁੰਦੀਆਂ ਨੇ ਲਾਈਕ ਜਿਵੇਂ 1 ਲੱਖ ਤੱਕ ਇਨਕਮ ਹੋਵੇ ਤਾਂ ਪਛੜੀ ਸ਼੍ਰੇਣੀ ਦਾ ਲਾਭ ਪ੍ਰਾਪਤ ਕਰਨ ਲਈ ਉਮੀਦਵਾਰ ਨੂੰ ਦਸਤਾਵੇਜ਼ਾਂ ਦੀ ਸਕਰੂਟੀ ਸਮੇਂ ਆਪਣੀ ਪ੍ਰਤੀਬੇਨਤੀ ਦੇ ਨਾਲ-ਨਾਲ ਇੱਕ ਘੋਸ਼ਣਾ ਪੱਤਰ ਦੇਣਾ ਪਵੇਗਾ ਕਿ ਉਸ ਦੇ ਸਟੇਟਸ ਵਿੱਚ ਕੋਈ ਤਬਦੀਲੀ ਨਹੀਂ ਆਈ ਤੇ ਉਹ ਕ੍ਰੀਮੀ ਲੇਅਰ ਦੇ ਧਾਰੇ ਵਿੱਚ ਨਹੀਂ ਆਉਂਦਾ ਠੀਕ ਹੈ ਜੀ ਸੋ ਇਹ ਵੀ ਧਿਆਨ ਦੇ ਵਿੱਚ ਰੱਖਿਓ ਇੱਕ ਪ੍ਰਤੀਬੇਨਤੀ ਦੇ ਨਾਲ ਇੱਕ ਘੋਸ਼ਣਾ ਪੱਤਰ ਵੀ ਦੇਣਾ ਪੈਂਦਾ ਹੈ ਸਾਬਕਾ ਸੈਨਿਕ ਕੋਟੀ ਦੇ ਅਧੀਨ ਜਿਹੜੇ ਹੁਣ ਜੀ ਆ ਰਾਖਵਾ ਕਰਨੇ ਉਹ ਸਿਰਫ ਪੰਜਾਬ ਦੇ ਵਸਨੀਕਾਂ ਤੇ ਹੀ ਲਾਗੂ ਹੁੰਦਾ ਤੇ ਇਦੇ ਲਈ ਜੋ ਸਾਬਕਾ ਸੈਨਿਕ ਖੁਦ ਉਮੀਦਵਾਰ ਨਾ ਹੋਵੇ ਤਾਂ ਇਹ ਰੱਖਵਾ ਕਰਨ ਜੋ ਹੈ ਉਹ ਆਸ਼ਰਿਤਾਂ ਲਈ ਲਾਗੂ ਹੁੰਦਾ ਹੈ ਅਜਿਹੇ ਸਾਬਕਾ ਸੈਨਿਕ ਆਸ਼ਰਿਤ ਸੈਨਿਕ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਲੋੜਿੰਦਾ ਅਸਲ ਸਰਟੀਫਿਕੇਟ ਦਸਤਾਵੇਜ਼ਾਂ ਦੀ ਸਕਰੂਟੀ ਸਮੇਂ ਪੇਸ਼ ਕਰਨਗੇ ਉਸ ਤੋਂ ਬਾਅਦ ਜੀ ਸੁਤੰਤਰਤਾ ਸੈਨਾਨੀ ਕੋਟੇ ਦੇ ਅਧੀਨ ਜੋ ਰੱਖਵਾ ਕਰਨ ਲੈਣ ਵਾਲੇ ਉਮੀਦਵਾਰ ਨੇ ਤਾਂ ਜੀ ਇਹ ਪੱਤਰ ਨੰਬਰ ਦਿੱਤਾ ਹੋਇਆ ਤਾਂ ਇਹਦੇ ਅਕੋਰਡਿੰਗ ਆਪਣਾ ਲੋੜਿੰਦਾ ਅਸਲ ਸਰਟੀਫਿਕੇਟ ਜੋ ਹੈ ਉਹ ਦਸਤਾਵੇਜ਼ਾਂ ਦੀ ਸਕਰੂਟੀ ਦੇ ਸਮੇਂ ਪੇਸ਼ ਕਰਨਗੇ ਯਾਨੀ ਕਿ ਫ੍ਰੀडम ਫਾਈਟਰਜ਼ ਜਾਂ ਜਾਤੀਗੁਲਾਟੇ ਉਸ ਤੋਂ ਬਾਅਦ ਖਿਡਾਰੀ ਕੋਟੇ ਅਧੀਨ ਜਿਹੜਾ ਰੱਖਵਾਕਰਨ ਜਿੰਨਾ ਉਮੀਦਵਾਰਾਂ ਨੇ ਲੈਣਾ ਹੁੰਦਾ ਹੈ ਉਹਨਾਂ ਨੂੰ ਸਕਰੂਟੀਨਿੰਗ ਸਮੇਂ ਸਰਟੀਫਿਕੇਟ ਪੇਸ਼ ਕਰਨਾ ਪਵੇਗਾ ਜਿਸ ਦੀ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਗ੍ਰੇਡਿਸ਼ਨ ਕੀਤੀ ਹੋਵੇ ਸਪੋਰਟਸ ਕੈਟਾਗਰੀ ਵਿੱਚ ਸਿਰਫ ਸਪੋਰਟਸ ਮੈਰਿਟ ਨੂੰ ਹੀ ਜੋ ਹੈ ਆਧਾਰ ਜੋ ਹੈ ਬਣਿਆ ਜਾਵੇਗਾ ਤੇ ਜੋ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਆਪਣੇ ਨਿਯਮ ਅਨੁਸਾਰ ਤਿਆਰ ਕੀਤੀ ਜਾਵੇਗੀ ਉਸ ਤੋਂ ਬਾਅਦ ਹੈ ਜੀ ਹੈਂਡੀਕੈਪਡ ਕੋਟੇ ਦੇ ਅਧੀਨ ਤਾਂ ਰਾਖਵਾਕਰਨ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਕੋਰਡਿੰਗ ਹੋਊਗਾ ਤੇ ਚਾਹਵਨ ਉਮੀਦਵਾਰ ਵਿਗਿਆਪਨ ਵਿੱਚ ਅਪਲਾਈ ਕਰਨ ਦੀ ਦਰਸਾਈ ਗਈ ਆਖਰੀ ਮਿਤੀ ਤੋਂ ਪਹਿਲਾਂ ਦਾ ਕੋਈ ਵੀ ਤੁਹਾਡਾ ਡਾਕੂਮੈਂਟ ਹੁੰਦਾ ਨਾ ਤੁਹਾਡੀ ਲਾਸਟ ਡੇਟ ਜਿਹੜੀ ਹੁੰਦੀ ਹੈ ਅਪਲਾਈ ਕਰਨ ਦੀ ਉਸ ਤੋਂ ਪਹਿਲਾਂ ਪਹਿਲਾਂ ਤੇ ਤੁਹਾਡੇ ਕੋਲ ਸਾਰੇ ਸਰਟੀਫਿਕੇਟਸ ਹੋਣੇ ਚਾਹੀਦੇ ਨੇ ਤਾਂ ਜੋ ਇਹ ਵੀ ਸਮਰੱਥ ਅਧਿਕਾਰੀ ਦੁਆਰਾ ਜਾਰੀ ਅਪਾਹਜ ਦਾ ਸਰਟੀਫਿਕੇਟ ਦਸਤਾਵੇਜ਼ਾਂ ਦੀ ਸਕਰੂਟੀ ਸਮੇਂ ਪੇਸ਼ ਕਰੇਗਾ ਜਿਸ ਵਿੱਚ ਉੱਪਰਲੀ ਜਾਂ ਹੇਠਲੀ ਅੰਗ ਹੀਨਤਾ ਹੱਦ ਦੇ 40% ਸਥਾਈ ਅੰਸ਼ਕ ਦਰਜ ਹੋਵੇ ਇਸ ਸਰਟੀਫਿਕੇਟ ਵਿੱਚ ਸਿਵਲ ਰੁਜ਼ਗਾਰ ਨਿਰਧਾਰਿਤ ਸਮੇ ਲਈ ਫਿੱਟ ਹੋਣਾ ਵੀ ਦਰਸਾਇਆ ਜਾਣਾ ਜ਼ਰੂਰੀ ਹੈ ਇਹ ਸਰਟੀਫਿਕੇਟ ਜ਼ਿਲ੍ਹੇ ਦੇ ਸਿਵਲ ਸਰਜਨ ਜਾਂ ਉਹਨਾਂ ਵੱਲੋਂ ਅਧਿਕਾਰਤ ਮੈਡੀਕਲ ਅਫਸਰ ਵੱਲੋਂ ਜਾਰੀ ਕੀਤਾ ਹੋਵੇ ਤੇ ਉਸ ਤੋਂ ਬਾਅਦ ਜੀ ਰਾਖਵਾਂਗਰਾਂ ਦਾ ਜਿਹੜਾ ਰਿਜ਼ਰਵੇਸ਼ਨ ਦਾ ਲਾਭ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਸਿਰਫ ਔਰ ਸਿਰਫ ਪੰਜਾਬ ਦੇ ਪੱਕੇ ਵਾਸੀਆਂ ਨੂੰ ਹੀ ਪ੍ਰਾਪਤ ਹੁੰਦਾ ਹੈ ਅਗਰ ਤੁਸੀਂ ਕਿਸੇ ਹੋਰ ਸਟੇਟ ਤੋਂ ਹੋ ਤੁਸੀਂ ਉੱਥੇ ਐਸਸੀ ਦੇ ਵਿੱਚ ਆਉਨੇ ਹੋ ਦੈਨ ਤੁਸੀਂ ਪੰਜਾਬ ਦੇ ਵਿੱਚ ਐਜ਼ ਅ ਜਨਰਲ ਹੀ ਕਨਸਿਡਰ ਕੀਤੇ ਜਾਓਗੇ ਤੇ ਉਸ ਤੋਂ ਬਾਅਦ ਜੀ ਪੁਰਸ਼ ਤੇ ਇਸਤਰੀ ਉਮੀਦਵਾਰਾਂ ਦੀ ਸਾਂਝੀ ਮੈਰਿਟ ਬਣਾਈ ਜਾਵੇਗੀ ਲਾਸਟ ਦੇ ਵਿੱਚ ਇੱਕ ਬਹੁਤ ਜ਼ਰੂਰੀ ਨੋਟਿਸ ਕਿ ਉਮੀਦਵਾਰਾਂ ਦੀ ਜਿਹੜੀਆਂ ਵਿਦਿਅਕ ਤੇ professionl ਯੋਗਤਾਵਾਂ ਪੀਐਸਟੈਟ 1 ਦਾ ਸਰਟੀਫਿਕੇਟ ਅਪਲਾਈ ਕਰਨ ਦੀ ਆਖਰੀ ਮਿਤੀ ਦੇ ਜਾਂ ਪਹਿਲਾਂ ਦੇ ਬਣੇ ਹੋਣ ਮੰਨ ਲਓ ਕਿ ਇਹਦੀ ਆਖਰੀ ਮਿਤੀ ਜੋ ਸੀ ਉਹ ਤੁਹਾਡੀ 30 10 2020 ਤੱਕ ਸੀ ਠੀਕ ਹੈ ਜੀ ਤਾਂ ਤੁਹਾਡੇ ਜਿਹੜੇ ਸਾਰੇ ਸਰਟੀਫਿਕੇਟਸ ਨੇ ਅਪਲਾਈ ਕਰਨ ਦੀ ਆਖਰੀ ਮਿਤੀ ਤੋਂ ਪਹਿਲਾਂ ਦੇ ਬਣੇ ਹੋਣੇ ਚਾਹੀਦੇ ਨੇ ਯਾਨੀ ਕਿ 29 10 20 ਤੱਕ ਤੁਹਾਡੇ ਸਾਰੇ ਸਰਟੀਫਿਕੇਟਸ ਰੈਡੀ ਹੋਣੇ ਚਾਹੀਦੇ ਨੇ ਠੀਕ ਹੈ ਸੋ ਜਿਵੇਂ ਕਈਆਂ ਦਾ ਮੰਨ ਲਓ ਰਿਜ਼ਲਟ ਹੀ Uh, 29th ਨੂੰ ਆਇਆ ਸੀ ਤਾਂ ਉਹਨਾਂ ਨੂੰ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਕਿ ਕਿ ਉਹਨਾਂ ਦੇ ਸਰਟੀਫਿਕੇਟ ਤੇ 29th ਹੀ ਲਿਖ ਕੇ ਆਊਗਾ ਠੀਕ ਹੈ ਜੀ ਜਾਂ ਫਿਰ ਉਹਨਾਂ ਦਾ 25 26 ਜਦੋਂ ਵੀ ਰਿਜ਼ਲਟ ਆਇਆ ਸੀ ਬਸ ਸ਼ਰਤ ਇਹ ਹੁੰਦੀ ਹੈ ਕਿ ਤੁਹਾਡੇ 30 ਤੋਂ ਪਹਿਲਾਂ ਪਹਿਲਾਂ ਦੇ ਸਾਰੇ ਸਰਟੀਫਿਕੇਟਸ ਬਣੇ ਹੋਣ ਰਿਜ਼ਰਵੇਸ਼ਨ ਦਾ ਲਾਭ ਲੈਣ ਲਈ ਵੱਖ-ਵੱਖ ਕੈਟਾਗਰੀਆਂ ਦੇ ਸਰਟੀਫਿਕੇਟ ਜਿਵੇਂ ਐਸ ਸੀ ਐਸ ਟੀ ਅੰਗਹੀਨ ਅਤੇ ਹੋਰ ਲੋੜੀਂਦੇ ਸਰਟੀਫਿਕੇਟ ਆਦ ਸਰਟੀਫਿਕੇਟ ਆਡ ਸਕਰੂਟੀ ਸਮੇਂ ਹੀ ਜਮਾ ਚੈੱਕ ਕਰਵਾਉਣ ਉਪਰੰਤ ਮੰਨਣਯੋਗ ਹੋਣਗੇ ਉਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਦੀ ਪ੍ਰਤੀ ਬੇਨਤੀ ਪਰਵਾਨ ਨਹੀਂ ਕੀਤੀ ਜਾਵੇਗੀ ਸੋ ਜੀ ਸਾਫ਼-ਸਾਫ਼ ਲਿਖਿਆ ਹੋਇਆ ਕਿ ਅਗਰ ਤੁਸੀਂ ਇੱਥੇ ਆਪਣਾ ਡਾਕੂਮੈਂਟ ਪ੍ਰੈਜ਼ੈਂਟ ਨਹੀਂ ਕਰ ਪਾਉਂਦੇਗੇ ਥੈਨ ਤੁਹਾਡਾ ਕੈਂਡੀਡੇਚਰ ਜੋ ਹੈ ਰੱਦ ਕਰ ਦਿੱਤਾ ਜਾਂਦਾ ਹੈ ਤੇ ਅਗਲੇ ਕੈਂਡੀਡੇਟ ਨੂੰ ਸੀਟ ਦੇ ਦਿੱਤੀ ਜਾਂਦੀ ਹੈ ਠੀਕ ਹੈ ਜੀ ਕੁਝ ਕੁ ਡਾਕੂਮੈਂਟਸ ਹੁੰਦੇ ਨੇ ਲਾਈਕ ਉਹਨਾਂ ਦੇ ਵਿੱਚ ਥੋੜਾ ਬਹੁਤਾ 에ਰਰ ਹੁੰਦਾ ਹੈ ਪੈਰੈਂਟਸ ਦੇ ਨੇਮ ਦਾ ਜਾਂ ਫਿਰ ਉ ਕੋਈ ਹੋਰ 에러 ਹੋਵੇ ਐਡਰੈਸ ਵਗੈਰਾ ਦਾ ਤਾਂ ਉਹਨੂੰ ਠੀਕ ਕਰਨ ਦੇ ਲਈ ਤੁਹਾਨੂੰ ਉਹ ਸਮਾਂ ਦੇ ਸਕਦੇ ਨੇ ਹਫਤੇ ਦੱਸ ਦਿੰਦਾ ਲੇਕਿਨ ਅਗਰ ਤੁਸੀਂ ਕੋਈ ਸਰਟੀਫਿਕੇਟ ਹੀ ਨਹੀਂ ਪੇਸ਼ ਕਰ ਪਾਉਂਦੇ ਤੁਹਾਡੇ ਕੋਲ ਕੋਈ ਸਰਟੀਫਿਕੇਟ ਨਹੀਂ ਮਿਲਦਾ ਉਹਨਾਂ ਨੂੰ ਥੈਂ ਤੁਹਾਡੀ ਜੋ ਕੈਂਡੀਡੇਟਰ ਹੈ ਉਹ ਉਸੇ ਟਾਈਮ ਰੱਦ ਹੋ ਸਕਦਾ ਹੁੰਦਾ ਹੈ ਠੀਕ ਹੈ ਜੀ ਸੋ ਬਹੁਤ ਜ਼ਰੂਰੀ ਹੈ ਕਿ ਆਪਣੇ ਡਾਕੂਮੈਂਟਸ ਜੋ ਨੇ ਜਿਵੇਂ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਉਸ ਤਰ੍ਹਾਂ ਸਾਰੇ ਜੋ ਨੇ ਰੈਡੀ ਕਰਕੇ ਰੱਖੋ ਆਪਣੇ ਪਾਸਪੋਰਟ ਸਾਈਜ਼ ਫੋਟੋਜ਼ ਵਗੈਰਾ ਵੀ ਹੁਣ ਮੈਂ ਤੁਹਾਨੂੰ ਸੈਂਪਲ ਦਿਖਾ ਦਿੰਦੀ ਆ ਕਿ ਦੋ ਆਪਾਂ ਸਰਟੀਫਿਕੇਟਸ ਦੀ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਇਹ ਵਾਲਾ ਸਰਟੀਫਿਕੇਟ ਹੈ ਸਵੈ ਘੋਸ਼ਣਾ ਪੱਤਰ ਹੈ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਪਛੜੀਆਂ ਸ਼੍ਰੇਣੀਆਂ ਅਨੁਸੂਚੀ ਜਾਤੀ ਵਾਲਿਆਂ ਨੇ ਸਬਮਿਟ ਕਰਨਾ ਹੁੰਦਾ ਸੋ ਸਵੈ ਘੋਸ਼ਣਾ ਪੱਤਰ ਦੇ ਵਿੱਚ ਕੁਝ ਨਹੀਂ ਤੁਸੀਂ ਇਹਨੂੰ ਡਾਊਨਲੋਡ ਕਰਕੇ ਮਤਲਬ ਫਿਲ ਕਰਾ ਕੇ ਨਾ ਜਿੱਥੋਂ ਵੀ ਸਾਈਨ ਹੋਣੇ ਹੁੰਦੇ ਆ ਕਰਾ ਕੇ ਤੇ ਉਹ ਨਾਲ ਲੈ ਕੇ ਜਾਣਾ ਹੁੰਦਾ ਤਾਂ ਇੱਥੇ ਤੁਸੀਂ ਆਪਣੀ ਡਿਟੇਲਸ ਭਰੋਗੇ ਤਾਂ ਇੱਥੇ ਦੇਖੋ ਲਿਖਿਆ ਹੋਇਆ ਸੈਕਿੰਡ ਪੁਆਇੰਟ ਤੇ ਮੈਂ ਸਿੱਖਿਆ ਵਿਭਾਗ ਵੱਲੋਂ ਦਿੱਤੇ ਗਏ ਵਿਗਿਆਪਨ ਅਨੁਸਾਰ ਰਜਿਸਟ੍ਰੇਸ਼ਨ ਨੰਬਰ ਅਦੀ ਇੰਡੈਸ਼ ਦੀ ਇਸਾਮ ਲਈ ਅਪਲਾਈ ਕੀਤਾ ਸੀ ਮੈਂ ਅਧਿਆਪਕ ਯੋਗਤਾ ਟੈਸਟ ਕੀਤੇ ਹਨ ਤੇ ਮੈਂ ਡੈਸ਼ categories ਵਿੱਚ ਅਪਲਾਈ ਕੀਤਾ ਹੈ ਮੈਂ ਕਰੀਮੀ ਲੇਅਰ ਵਿੱਚ ਨਹੀਂ ਆਉਂਦਾ ਹਾਂ ਮੇਰੇ ਪਰਿਵਾਰ ਦੀ ਇਨਕਮ 4.5 ਲੱਖ ਤੋਂ ਘੱਟ ਹੈ ਇਹ ਕਿ ਮੈਂ ਸੰਬੰਧਿਤ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਦਾ ਕਰਦੀ ਹਾਂ ਮੈਂ ਤਸਦੀਕ ਕਰਦਾ ਹਾਂ ਕਿ ਜੋ ਅਸਲ ਦਸਤਾਵੇਜ਼ ਮੇਰੇ ਕੋਲ ਸਿਲੈਕਸ਼ਨ ਕਮੇਟੀ ਨੂੰ ਪੇਸ਼ ਕੀਤੇ ਗਏ ਹਨ ਉਹ ਸਾਰੇ ਦਸਤਾਵੇਜ਼ ਸਹੀ ਤੇ ਦਰੁਸਤ ਹਨ ਜੇਕਰ ਕੋਈ ਵੀ ਦਸਤਾਵੇਜ਼ ਝਾਲੀ ਪਾਇਆ ਜਾਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਮੇਰੀ ਖੁਦ ਹੀ ਹੋਵੇਗੀ ਤੇ ਇਸ ਸੰਬੰਧੀ ਜੋ ਵੀ ਮੇਰੇ ਵਿਰੁੱਧ ਕਾਨੂੰਨੀ ਕਾਰਵਾਈ ਬਣਦੀ ਹੈ ਮੈਂ ਉਸ ਦਾ ਖੁਦ ਜ਼ਿੰਮੇਵਾਰ ਹੋਵਾਂਗਾ ਸੋ ਵਿਭਾਗ ਵੱਲੋਂ ਮੇਰੇ ਸਾਰੇ ਅਸਲ ਦਸਤਾਵੇਜ਼ ਦੀ ਮੰਗ ਕਰਨ ਤੇ ਮੈਂ ਆਪਣੇ ਅਸਲ ਦਸਤਾਵੇਜ਼ ਵਿਭਾਗ ਨੂੰ ਦੇਣ ਦਾ پابੰਦ ਹੋਵਾਂਗਾ ਸੋ ਜੀ ਇੱਥੇ ਬਿਆਨ ਕਰਦਾ ਤੇ ਤੁਹਾਡੇ ਸਾਈਨ ਹੁੰਦੇ ਨੇ ਤੇ ਉਸ ਤੋਂ ਬਾਅਦ ਮਤਲਬ ਦੁਬਾਰਾ ਤੋਂ ਇੱਥੇ ਤੁਸੀਂ ਆਪਣੇ ਸਿਗਨੇਚਰਸ ਨਹੀਂ ਜਰੇ ਕਰਨੇ ਹੁੰਦੇ ਨੇ ਸੋ ਜੀ ਇਹ ਸਵੈ ਘੋਸ਼ਨਾ ਪੱਤਰ ਹੈ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਇਹ ਲੈ ਕੇ ਜਾਣਾ ਹੁੰਦਾ ਹੈ ਠੀਕ ਹੈ ਜੀ ਇੱਥੇ ਸ਼ਾਇਦ ਮੈਂ ਪਿੱਛੇ ਨਾ 1 ਲੱਖ ਕੁਝ ਦੱਸਿਆ ਸੀਗਾ ਤੇ ਇੱਥੇ ਜਿਵੇਂ 4.5 ਲੱਖ ਦੱਸਿਆ ਹੋਇਆ ਤਾਂ ਉਹਦੇ ਅਕੋਰਡਿੰਗ ਜੋ ਵੀ ਹੋਊਗਾ ਮੈਨੂੰ ਐਕਚੁਅਲ ਦੇ ਵਿੱਚ ਪਤਾ ਨਹੀਂ ਸੀ ਕਿ ਕਿੰਨੀ ਹੁੰਦੀ ਹੈ ਕਰੀਮੀ ਲੇਅਰ ਨਾਨ ਕਰੀਮੀ ਲੇਅਰ ਦੇ ਵਿੱਚ ਸੋ ਇਹ ਤੁਹਾਡੇ ਫਾਰਮ ਤੇ ਆਲਰੇਡੀ ਮੈਂਸ਼ਨ ਹੋਊਗਾ ਸਾਰਾ ਕੁਝ ਠੀਕ ਹੈ ਜੀ ਇੱਕ ਤਾਂ ਇਹ ਲੈ ਕੇ ਜਾਣਾ ਹੁੰਦਾ ਹੈ ਦੂਸਰਾ ਹੈ ਕਿ ਤੁਹਾਨੂੰ ਤੁਸੀਂ ਅਗਰ ਆਪਣਾ ਜਾਤੀ ਦਾ ਰਿਜ਼ਰਵੇਸ਼ਨ ਦਾ ਲਾਭ ਲੈਣਾ ਚਾਹੁੰਦੇ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੁੰਦਾ ਹੈ ਉਹ ਮੈਂ ਤੁਹਾਨੂੰ ਦਿਖਾ ਦਿੰਦੀ ਆ ਇਹ ਜੋ ਹੈ ਜੀ ਇਹ ਰੈਜ਼ੀਡੈਂਟ ਸਰਟੀਫਿਕੇਟ ਹੁੰਦਾ ਆਪਣਾ ਤੇ ਇਹ ਤਹਿਸੀਲਦਾਰ ਦੇ ਆਫਿਸ ਦੇ ਵਿੱਚੋਂ ਬੰਦਾ ਹੈ ਤੇ ਇਹਦੇ ਵਿੱਚ ਹੀ ਤੁਹਾਡੀਆਂ ਸਾਰੀਆਂ ਡਿਟੇਲਸ ਵਗੈਰਾ ਮੈਂਸ਼ਨ ਹੁੰਦੀਆਂ ਨੇ ਈਵਨ ਤੁਹਾਡਾ ਆਧਾਰ ਕਾਰਡ ਵੀ ਇਹਦੇ ਤੇ ਮੈਂਸ਼ਨ ਹੁੰਦਾ ਹੈ ਠੀਕ ਹੈ ਜੀ ਤੇ ਉਹਦੇ ਨਾਲ ਇਹਦੇ ਵਿੱਚ ਮਤਲਬ ਜਸਟ ਇਹੀ ਦੱਸਿਆ ਹੁੰਦਾ ਕਿ ਪਿਛਲੇ ਇੰਨੇ ਸਾਲਾਂ ਤੋਂ ਇਹ ਪਰਸਨ ਜੋ ਹੈ ਇੱਥੇ ਰਹਿ ਰਿਹਾ ਤੇ ਰੈਜ਼ੀਡੈਂਟ ਸਰਟੀਫਿਕੇਟ ਤੁਹਾਨੂੰ ਇਸ਼ੂ ਕਰ ਦਿੱਤਾ ਜਾਂਦਾ ਹੈ ਤੇ ਇਹ ਬਹੁਤ ਈਜ਼ੀ ਆ ਬਣਵਾਉਣਾ ਸਿਰਫ 2 ਤੋਂ 3 ਦਿਨ ਜੋ ਨੇ ਲੱਗਦੇ ਨੇ ਬਾਕੀ ਤੁਸੀਂ ਰਿਕੁਐਸਟ ਕਰਕੇ ਥੋੜਾ ਜਿਹਾ ਅਗਰ ਤੁਸੀਂ ਜਾਓ ਤਾਂ ਜਲਦੀ ਮਤਲਬ 2-3 ਦਿਨਾਂ ਚ ਬਣਵਾ ਜੋ ਹੋਵੇ ਤਾਂ ਉਹ ਮਹੀਨਾ ਵੀ ਲਾ ਸਕਦੇ ਨੇ ਠੀਕ ਹੈ ਜੀ ਵੈਸੇ ਇਹਦਾ ਪ੍ਰੋਸੈਸ ਸਿਰਫ 2 ਜਾਂ 3 ਦਿਨ ਦਾ ਹੁੰਦਾ ਹੈ ਸੋ ਤੁਸੀਂ ਉਹਨਾਂ ਨੂੰ ਰਿਕੁਐਸਟ ਕਰਕੇ ਆਪਣਾ ਫਾਰਮ ਸ਼ੋਅ ਕਰਕੇ ਜੋ ਹੈ ਜਲਦੀ ਕਰਵਾ ਸਕਦੇ ਹੋ ਸੋ ਇਹ ਸੀਗੇ ਜ਼ਰੂਰੀਜ਼ ਸਰਟੀਫਿਕੇਟਸ ਤੇ ਜ਼ਰੂਰੀ ਚੀਜ਼ਾਂ ਜਿਹੜੀਆਂ ਤੁਹਾਨੂੰ ਚਾਹੀਦੀਆਂ ਹੀ ਚਾਹੀਦੀਆਂ ਨੇ ਅਗਰ ਤੁਸੀਂ ਕੌਨਫੀਡੈਂਟ ਹੋ ਆਪਣੇ ਮਾਰਕਸ ਨੂੰ ਲੈ ਕੇ ਤਾਂ ਆਪਣੀ ਜੋ ਤਿਆਰੀ ਹੈ ਹੁਣ ਤੋਂ ਹੀ ਸ਼ੁਰੂ ਕਰ ਦੋ ਠੀਕ ਹੈ ਜੀ ਵੈਕਸ ਟਾਈਮ ਦੇ ਟਾਈਮ ਫਿਰ ਤੁਸੀਂ ਇਦਾਂ ਨਾ ਹੋਵੇ ਕਿ ਆਪਣੇ ਡਾਕੂਮੈਂਟਸ ਇਕੱਠੇ ਕਰਦੇ ਫਿਰੋ ਤੇ ਉੱਥੇ ਤੁਹਾਨੂੰ ਮੈਂ ਜਿਵੇਂ ਅੱਗੇ ਵੀ ਦੱਸਿਆ ਕਿ ਟਾਈਮ ਬਿਲਕੁਲ ਨਹੀਂ ਦਿੱਤਾ ਜਾਂਦਾ ਹੁੰਦਾ ਅਗਰ ਤੁਹਾਡੇ ਡਾਕੂਮੈਂਟ ਨਾ ਹੋਵੇ ਤਾਂ ਉਹ ਔਨ ਦਾ ਸਪਾਟ ਜੋ ਕੈਂਡੀਡੇਚਰ ਹੈ ਉਹ ਕੈਨਸਲ ਕਰ ਦਿੰਦੇ ਨੇ ਠੀਕ ਹੈ ਜੀ ਸੋ ਆਪਣਾ ਪਹਿਲਾਂ ਹੀ ਤਿਆਰੀ ਰੱਖੋ ਉਸ ਚੀਜ਼ ਦੀ ਤੇ ਆਪਣੀਆਂ ਜਿਹੜੀਆਂ ਥੋੜੀਆਂ ਬਹੁਤੀਆਂ ਕਰੈਕਸ਼ਨਸ ਕਰਾਉਣ ਵਾਲੀਆਂ ਨੇ ਲਾਈਕ ਤੁਹਾਡੇ ਜਿਵੇਂ ਕਈਆਂ ਦੇ ਨਾ ਸਰਟੀਫਿਕੇਟਸ ਦੇ ਵਿੱਚ ਨੇਮ ਦੇ ਵਿੱਚ ਸਪੈਲਿੰਗ 에ਰਰਸ ਹੁੰਦੇ ਨੇ ਸੋ ਉਹ ਹੁਣ ਆਪਣੇ ਸਹੀ ਕਰਾ ਲਓ ਥੋੜੇ ਦਿਨ ਤੁਹਾਡੇ ਕੋਲ ਹੈਗੇ ਨੇ ਜਦ ਤੱਕ ਸਕਰੂਟੀਨਿੰਗ ਦਿਨ ਲਈ ਨਹੀਂ ਬੁਲਾਇਆ ਜਾਂਦਾ ਠੀਕ ਹੈ ਜੀ ਸੋ ਸਟਿਲ ਅਗਰ ਕਿਸੇ ਨੂੰ ਕੋਈ ਵੀ ਡਾਊਟ ਹੋਵੇ ਦੈਨ ਤੁਸੀਂ ਪੁੱਛ ਸਕਦੇ ਹੋ ਤੇ ਇਸ ਤੋਂ ਬਾਅਦ ਜਿਵੇਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗੀ ਲਾਈਕ ਮੈਂ ਬਹੁਤ ਦੇਖਿਆ ਕਿ ਕੈਂਡੀਡੇਟਸ ਬਹੁਤ ਜ਼ਿਆਦਾ ਕਨਫਿਊਜ਼ ਨੇ ਇਸ ਚੀਜ਼ ਨੂੰ ਲੈ ਕੇ ਕਿ ਬੀਐਡ ਵਾਲਿਆਂ ਨੂੰ ਪ੍ਰੇਫਰੈਂਸ ਮਿਲਨੀ ਕਿ ਈਟੀਟੀ ਵਾਲਿਆਂ ਨੂੰ ਪ੍ਰੇਫਰੈਂਸ ਮਿਲਲੀ ਤੇ ਬਹੁਤ ਜ਼ਿਆਦਾ ਮਤਲਬ ਕੈਂਡੀਡੇਟਸ ਨੂੰ ਨਿਰਾਸ਼ ਵੀ ਕੀਤਾ ਜਾ ਰਿਹਾ ਇਨਫਲੂਐਂਸ ਵੀ ਕੀਤਾ ਜਾ ਰਿਹਾ ਤੇ ਬਹੁਤ ਜ਼ਿਆਦਾ ਮਤਲਬ ਮੈਂ ਦੇਖਿਆ ਕਿ ਖਿੱਚੋ ਤਾਨ ਚੱਲ ਰਹੀ ਹੈ ਈਟੀਟੀ ਦੇ ਬੀਐਡ ਦੇ ਕੈਂਡੀਡੇਟਸ ਦੇ ਵਿੱਚ ਸੋ ਜੀ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਐਚੂਲ ਦੇ ਵਿੱਚ ਪ੍ਰੋਸੈਸ ਕੀ ਹੈ ਕਿਸ ਤਰ੍ਹਾਂ ਸਿਲੈਕਸ਼ਨ ਹੋਣੀ ਹੈ ਕਿਉਂਕਿ ਨੋਟੀਫਿਕੇਸ਼ਨ ਦੇ ਵਿੱਚ ਅਜਿਹਾ ਕੁਝ ਵੀ ਮੈਂਸ਼ਨ ਫਰੈਂਸ ਵਰਡ ਪਤਾ ਨਹੀਂ ਕਿੱਥੋਂ ਆ ਗਿਆ ਵਿੱਚ ਸੋ ਮੈਂ ਅਗਲੀ ਵੀਡੀਓ ਦੇ ਵਿੱਚ ਸਾਰਾ ਕੁਝ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗੀ ਤੇ ਅ ਅਗਲੀ ਵੀਡੀਓ ਦੇ ਲਈ ਫਿਰ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਊਗਾ ਕਿਉਂਕਿ ਤਾਂ ਹੀ ਤੁਹਾਨੂੰ ਨੋਟੀਫਿਕੇਸ਼ਨ ਮਿਲੂਗੀ ਠੀਕ ਹੈ ਜੀ ਸੋ ਬਾਕੀਆਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਵੀਡੀਓ 유ਸਫੁਲ ਲੱਗੀ ਹੋਵੇ ਤਾਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ ਜੀ ਥੈਂਕਸ ਫॉर ਵਾਚਿੰਗ